ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਵਾਹਿਗੁਰੂ ਵਾਹਿਗੁਰੂ ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤਖ ਗੁਰੂ ਨਿਸਤਾਰੇ ਗੁਰਬਾਣੀ ਗਾਵੋ ਭਾਈ ਉਹ ਸਫਲ ਸਦਾ ਸੁਖਦਾਈ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ ਤਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ ਆਨੰਦ ਗੁਣੀ ਨਿਧਾਨ ਗੁਰੂ ਗਰੀਬ ਨਵਾਜ ਗੁਰੂ ਗਰੀਬ ਨਵਾਜ ਬਾਣੀ ਗੁਰੂ ਤੇ ਗੁਰੂ ਹੈ ਗੁਰਬਾਣੀ ਬਾਣੀ ਹੈ ਸਰੂਪ ਗੁਰਾਂ ਗੁਰਾ
ਸਤਿਗੁਰਾਂ ਦੀ ਸਾਜ ਕੇ ਨਵਾਜੀ ਹੋਈ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਸਾਹਿਬ ਸੰਗਤ ਜੀ ਸਰਬੱਤ ਇਲਾਕੇ ਦੀ ਸੰਗਤ ਸਮੁੱਚੇ ਮੇਰੇ ਪ੍ਰਬੰਧਕ ਵੀਰ ਮੇਰੀਆਂ ਭੈਣਾਂ ਮਾਤਾਵਾਂ ਬਜ਼ੁਰਗ ਬੱਚੇ ਜਿਨ੍ਹਾਂ 'ਤੇ ਸਤਿਗੁਰੂ ਜੀ ਨੇ ਮਹਾਨ ਬਖਸ਼ਿਸ਼ ਕਿਰਪਾ ਕੀਤੀ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਬੜੇ ਅਦਬ ਅਤੇ ਚਾਅ ਨਾਲ ਹਰ ਸਾਲ ਦੀ ਤਰ੍ਹਾਂ ਆਪਾਂ ਮਨਾ ਰਹੇ ਹਾਂ ਜਿੱਥੇ ਆਪਾਂ ਸਤਿਗੁਰ ਜੀ ਦਾ ਪਹਿਲਾ ਪ੍ਰਕਾਸ਼ ਮਨਾ ਰਹੇ ਹਾਂ ਇਹਦਾ ਮਤਲਬ ਹੈ ਮਗਰ ਦੂਜਾ ਪ੍ਰਕਾਸ਼ ਵੀ ਹੋਊ ਕਿਉਂਕਿ ਜਦੋਂ ਧੰਨ ਗੁਰੂ ਨਾਨਕ ਸਾਹਿਬ ਦਾ ਦਿਨ ਆਉਂਦਾ ਹੈ ਮਹਾਰਾਜ ਦਾ ਪਹਿਲਾ ਪ੍ਰਕਾਸ਼ ਦਿਹਾੜਾ ਗੁਰੂ ਨਾਨਕ ਦਾ ਨਹੀਂ ਕਿਹਾ ਜਾਂਦਾ ਕਿਸੇ ਵੀ ਪਾਤਸ਼ਾਹ ਜੀ ਦੇ ਨਾਲ ਪਹਿਲਾ ਪ੍ਰਕਾਸ਼ ਦਿਹਾੜਾ ਨਹੀਂ ਕਿਹਾ ਜਾਂਦਾ ਜੀ ਇੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ ਜਿਨ੍ਹਾਂ ਦਾ ਪਹਿਲਾ ਪ੍ਰਕਾਸ਼ ਮਨਾ ਰਹੇ ਇਹਦਾ ਮਤਲਬ ਦੂਜਾ ਪ੍ਰਕਾਸ਼ ਵੀ ਹੈ ਇਹ ਗੱਲ ਦੀ ਵਿਚਾਰ ਆਪਾਂ ਅੱਜ ਦੇ ਦੀਵਾਨ ਵਿੱਚ ਕਰਨੀ ਹੈ ਬਿਲਕੁਲ ਠੇਠ ਪੰਜਾਬੀ 'ਚ ਕਰਨੀ ਹੈ ਭਾਈ ਜਿਹੜੇ ਸੱਜਣ ਕਹਿੰਦੇ ਨੇ ਨਿੱਤ ਗੁਰੂ ਕੋਲ ਆਉਣ ਦੀ ਕੀ ਲੋੜ ਹੈ ਅੱਜ ਵੀ ਕੋਈ ਮਾਣ ਵਿੱਚ ਬੈਠਾ ਹੋਵੇ ਕਿ ਮੇਰੇ ਘਰ ਪਰਿਵਾਰ ਹੈਗਾ ਕਾਰੋਬਾਰ ਹੈਗਾ ਇੱਜ਼ਤ ਮਾਣ ਸਤਿਕਾਰ ਹੈਗਾ ਮੈਂ ਸਕੂਲ ਵਿੱਚ ਕਿਉਂ ਜਾਵਾਂ ਉੱਥੇ ਗਰਮੀ ਮੇਰੇ ਵੀਰੋ ਤਵੀ ਵੀ ਤੱਤੀ ਸੀ ਤਪਾਉਣ ਵਾਲੇ ਵੀ ਤੱਤੇ ਸੀ ਰੇਤਾ ਵੀ ਤੱਤੀ ਸੀ ਸਿਰ ਵਿੱਚ ਵਾਲੇ ਵੀ ਤੱਤੇ ਸੀ ਦੇਗ ਵੀ ਤੱਤੀ ਸੀ ਬਾਲਾ ਜੇਠ ਵੀ ਤੱਤਾ ਸੀ ਤੇ ਫਤਵੇ ਜਿਹੜੇ ਕਹਿੰਦੇ ਅੱਜ ਸਕੂਲ ਦੇ ਵਿੱਚ ਗਰਮੀ ਹੈ ਉੱਥੇ ਜਾਣ ਦੀ ਲੋੜ ਨਹੀਂ ਬਹੁਤ ਹੋਣਗੇ ਜੀ ਜੇ ਦੁਨੀਆਂ 'ਤੇ ਮਾੜੇ ਨਾ ਹੁੰਦੇ ਚੰਗਿਆਂ ਦੀ ਕਦਰ ਨਹੀਂ ਸੀ ਪੈਣੀ ਪਰ ਉਹ ਧੰਨ ਗੁਰਸਿੱਖ ਨੇ ਸਰਬੱਤ ਮਾਈ ਭਾਈ ਨਾਮਲੇਵਾ ਸਿੱਖ ਸੰਗਤ ਜਿਨ੍ਹਾਂ ਦਿਲਾਂ ਵਿੱਚੋਂ ਮੋਹ ਪੈਦਾ ਹੋਇਆ